ਸਤਿ ਸ਼੍ਰੀ ਅਕਾਲ ਸਭ ਨੂੰ ਜੀ। ਜਿਹੜੇ ਮੇਰੇ ਕਿਸਾਨ ਭਰਾ ਕੈਨੇਡਾ ਟੂਰਿਸਟ ਵੀਜ਼ਾ 10 ਸਾਲ ਦੇ ਮਲਟੀਪਲ 'ਤੇ ਜਾਣਾ ਚਾਹੁੰਦੇ ਆ, ਕਿਸੇ ਨਾ ਕਿਸੇ ਤੋਂ ਕੋਈ ਸਪੋਂਸਰ ਨਾ ਹੋ ਕੇ, ਜਾਂ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਆ, ਜਾਂ ਬਾਹਰ ਕੋਈ ਨਹੀਂ ਰਹਿੰਦਾ, ਜਾਂ ਬਹੁਤ ਹੀ ਘੱਟ ਪੜ੍ਹੇ ਲਿਖੇ ਨੇ, ਤਾਂ ਉਹ ਈਜ਼ਲੀ ਟੂਰਿਸਟ ਵੀਜ਼ਾ 10 ਸਾਲ ਦੇ ਮਲਟੀਪਲ 'ਤੇ ਜਾ ਸਕਦੇ ਆ। ਜਾਣ ਦਾ ਇੱਕ ਬਹੁਤ ਸੋਹਣਾ ਢੁੱਕਵਾਂ ਰੀਜ਼ਨ ਇਹ ਹੈ ਕਿ ਕੈਨੇਡਾ ਦੇ ਵਿੱਚ ਨਵੰਬਰ ਤੋਂ ਲੈ ਕੇ ਫਰਦਰ ਦਸੰਬਰ ਤੱਕ ਕੈਨੇਡੀਅਨ ਟ੍ਰੇਡ ਫੇਅਰ ਪਲੱਸ ਰੋਇਲ ਐਗਰੀਕਲਚਰ ਫੇਅਰ ਹੋਣ ਜਾ ਰਿਹਾ ਆ। ਰੋਇਲ ਐਗਰੀਕਲਚਰ ਫੇਅਰ ਜਿਹੜਾ ਹੋਣ ਜਾ ਰਿਹਾ, ਉਹਦਾ ਇੱਕੋ ਹੀ ਕੰਸਰਨ ਹੈ ਕਿ ਜਿਹੜੇ ਵੀ ਕੈਂਡੀਡੇਟਸ ਕੋਲ ਜੇ ਫੋਰਮਸ ਹੈਗੇ ਆ, ਚਾਹੇ ਉਹਨਾਂ ਦੇ ਨਾਮ 'ਤੇ ਹੈ, ਚਾਹੇ ਫਾਦਰ ਸਾਹਿਬ ਦੇ ਨਾਮ 'ਤੇ, ਚਾਹੇ ਗ੍ਰੈਂਡ ਫਾਦਰ ਸਾਹਿਬ ਦੇ ਨਾਮ 'ਤੇ ਆ, ਹਰ ਤਰ੍ਹਾਂ ਦੇ ਕੈਟਾਗਰੀਜ਼ ਵਿੱਚ ਅਸੈਪਟਿਡ ਹੈਗੀਆਂ ਆ। ਪ੍ਰੋਪਰਟੀ ਵੀ ਸੇਮ ਫਾਦਰ ਸਾਹਿਬ ਜਾਂ ਕੈਂਡੀਡੇਟ ਦੇ ਨਾਮ 'ਤੇ, ਗ੍ਰੈਂਡ ਫਾਦਰ ਦੇ ਨੇਮ 'ਤੇ, ਸਾਰੇ ਤਰ੍ਹਾਂ ਦੀ ਅਸੈਪਟਿਡ ਹੈ। ਕਿਉਂਕਿ ਜਦੋਂ ਵੀ ਅਸੀਂ ਕੈਨੇਡਾ ਨੂੰ ਫਾਈਲ ਲਾਉਂਦੇ ਹਾਂ, ਇੱਕ ਸੋਲਿਡ ਢੁੱਕਵਾਂ ਰੀਜ਼ਨ ਜ਼ਰੂਰ ਐਡ ਕਰਦੇ ਹਾਂ ਕਵਰਿੰਗ ਲੈਟਰ ਦੇ। ਫੋਰ ਫਰਦਰ ਇਨਕੁਆਇਰੀ, ਜਿਹੜੇ ਵੀ ਕੈਂਡੀਡੇਟ ਜਾਣਾ ਚਾਹੁੰਦੇ ਕੈਨੇਡਾ ਟੂਰਿਸਟ ਵੀਜ਼ਾ 'ਤੇ ਐਗਰੀਕਲਚਰ ਬੇਸ 'ਤੇ, ਉਹ ਹੁਣ ਰਾਈਟ ਟਾਈਮ ਹੈ, ਬਹੁਤ ਸੋਹਣਾ ਟਾਈਮ ਹੈ, ਅਪਲਾਈ ਕਰੋ। ਏਜ ਦੀ ਕੋਈ ਮੈਟਰ ਨਹੀਂ ਹੁੰਦਾ, ਪੜ੍ਹਾਈ ਦਾ ਕੋਈ ਲੈਣਾ ਦੇਣਾ ਨਹੀਂ ਫੋਰ ਟੂਰਿਸਟ ਵੀਜ਼ਾ। ਜੇ ਤੁਹਾਡੇ ਕੋਲ ਸਪੋਂਸਰਸ਼ਿਪ ਨਹੀਂ ਹੈਗੀ ਤਾਂ ਬਿਲਕੁਲ ਵੀ ਡਿਸਅਪੁਆਇੰਟ ਨਾ ਹੋ, ਜ਼ਰੂਰ ਆ ਕੇ ਡੈਲਵਿੰਗ ਦੀ ਬ੍ਰਾਂਚਿਸ 'ਚ ਵਿਜ਼ਿਟ ਕਰੋ, ਕਿ ਆਪਣੀ ਓਨ ਸਪੋਟ ਅਸੈਸਮੈਂਟ ਕਰਾਓ ਅਤੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕਰੋ। ਧੰਨਵਾਦ ਜੀ।